आज तो देमी विर्क मेरे सुप्रिया दा राजकुमारी लग रहे है। आई ला यू बचाओ बंद ओ कितने मर गए बचाओ ओ मर गया ओ माय गॉड ओ माय गॉड ओ माय गॉड कितने मर गई बंद बचाओ 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 बंद ओ जीते ओ कितने मर गया तू उन एम्बुलेंस में दौड़नी है पाना चलिया है छोरी बिया ते पाने नू बड़ा ही चढ़िया पिया चा तेरी छाव किसे दी नजर ना लग जाए जार पाने बड़ा छोड़ा लगी जाने यार इन्हीं टावर तेरी छोरी जान में के खाल गया तो देख के ना खोज हो जान गया कि छाड़ दिया जीजे दी इन्हीं टावर ऐड की तभी मेरे खाले दी पान ना चा तेरी बड़ी चढ़ाई है एक तो ना मेरे खाले दी आई नहीं हले नहीं आ जा कितने मर गई तू लड्डू कितने मर गया मत जान गए तेरे का न्याण के चढ़ाई देख मेर साल बढ़ जाए बच्चे आ जा रही छेती कर पता नहीं की करी जाती है दो घंटे हो गए लेट अगे हो पाए आ जा छेती फिर ना भोली सारी दिहाड़ी टेंड नू तेल लाई जाऊ सूर चंगू चमका के रख दा एक जड़ी कृपान जी लाई फिर ना सारी दिहाड़ी फिल्म एक्शन कर दा कुत्ते दे छोटी नहीं मारी बंदे ने बोली मेरी गल सुन ले इनू इत्थे ही छड़ चल नहीं ब्याह तो नौसकी कड्डी जाऊ तेनू कहू नो ऐसे मत करो लड्डू तो मैं ऐसे मत करो हाँ। मेरे च तो मेरा साला नौसकी बाले कर दे इत्थे छड़ चल कि बह जा आराम ना आपा चलदे हैं हाय ओए हाय क्लच प्लेट ते दी पवाउनी पैणी है इक ते जिरो जाओ तो डिगी चक हुंदा है क्या पैक दी क्लच प्लेट पवाउनी है इतकी दी मैं तो उठो मोड़ नहीं दी भाली 20 25 दिन उठे ही रहो पैसे तो मैं घरे भुली आया भोली तेरे को है गया मेरे को तैयार हूं घरे भोली आई तू कटिया दो दो हजार वाली गुट्टी का नोट मैं चपेट मारू मेरे साले दे 1200 रुपये मैं सलून ते लाया ਦਾ ਕਮਾਲ ਹੋ ਗਈ ਅਸੀਂ ਦੇ ਜਾਾਂਗੇ ਜੀ ਪੈਸੇ ਤੁਹਾਨੂੰ ਓਏ ਉਹ ਪੈਸੇ ਕੱਢ ਪੈਸੇ ਲੈ ਪੈਸੇ ਦੇ ਜਾਾਂਗੇ ਅਸੀਂ ਖਾਨਦਾਨੀ ਬੰਦੇ ਅਸੀਂ ਕੋਈ ਲੱਡੂ ਬੰਦੇ ਨਹੀਂ ਫਿਰਦੇ ਤਾਂ ਪੈਸੇ ਦੇ ਜਾਾਂਗੇ ਕੱਲ ਨੂੰ ਵੱਡਾ ਖਾਨਦਾਨੀ 300 ਰੁਪਏ ਦਾ ਤੇਰੇ ਤੋਂ ਨਿਕਲਿਆ ਨਹੀਂ ਪੈਸੇ ਨਹੀਂ ਕਾਰਡ ਚੱਲ ਜੂ ਹਾਂ ਹਾਂ ਸਾਰੇ ਚੱਲ ਜੂਗੇ ਆਹ ਦਾ ਕਾਰਡ ਓਏ ਆ ਕੀ ਓਏ ਇਹ ਬਿਜਲੀ ਵਾਲੇ ਦਾ ਕਾਰਡ ਹੈ ਓਏ ਇਹ ਨਹੀਂ ਚੱਲਣਾਗਾ ਆ ਚੱਕ ਇਹ ਨਹੀਂ ਚੱਲਣਾ ਕਿਉਂ ਨਹੀਂ ਚੱਲਣਾ ਸਾਰੇ ਲੋਕ ਕਹਿੰਦੇ ਪੰਪ ਤੇ ਕਾਰਡ ਚੱਲਦਾ ਕਾਰਡ ਚੱਲਦਾ ਓਏ ਇਹ ਨਹੀਂ ਚੱਲਦਾ ਤੂੰ ਪੈਸੇ ਕੱਢ ਬਸ ਰਾਸ਼ਨ ਕਾਰਡ ਚੱਲਦਾ ਓਏ ਉਹ ਵੀ ਨਹੀਂ ਚੱਲਣਾ ਓਏ ਇੱਥੇ ਵੋਟ ਨਹੀਂ ਬਣਾਉਣਾ ਏ ਅਸੀਂ ਰਾਸ਼ਨ ਕਾਰਡ ਚੱਲ ਜੂ ਪੈਸੇ ਦੋ ਪੈਸੇ ਫਿਰ ਐਂ ਕਰ ਕੱਟ ਪਾਪਾ ਤੂੰ ਬੈਠ ਇੱਥੇ ਮੈਂ ਘਰੇ ਗਿਆ 85 ਦਿਨਾਂ ਨੂੰ ਪੈਸੇ ਲੈ ਕੇ ਆਇਆ ਉਹ ਕੀ ਕਿਹਾ ਇਹ 85 ਮਿੰਟਾਂ ਚ ਆ ਗਿਆ ਫਿਰ ਛੇਤੀ ਜਾ ਉਹ ਪਾਣਾ ਮੈਂ ਨਹੀਂ ਬੈਣਾ ਇੱਥੇ ਕੋਈ ਪਾਪਾ ਕੁਝ ਨਹੀਂ ਹੁੰਦਾ ਬੈਣ ਨਾਲ ਤੈਨੂੰ ਕੋਈ ਫਰਕ ਨਹੀਂ ਪੈਂਦਾ ਤੂੰ ਬੈਠ ਸਾਲਿਆ ਅੱਗੇ ਛੱਡ ਕੇ ਆ ਗਿਆ ਸੀ ਭੱਜ ਕੇ ਨਾ ਰਲਿਆ ਮੈਂ ਆਇਆ ਆਇਆ ਥੱਲੇ ਆਇਆ ਚੱਲ ਬਹਿ ਜਾ ਮੈਂ ਛੇਤੀ ਆ ਜੇ ਫਿਰ ਜਾ ਬੈਠਾ ਹੁਣ ਆ ਗਿਆ ਛੇਤੀ ਆ ਜੀ
ਬੈਠਣਾ ਨਹੀਂਗਾ ਇੱਥੇ ਤੂੰ ਕੰਮ ਕਰ ਕੰਮ ਆ ਭਈਆ ਐਸੇ ਲੈ ਕੇ ਆਉਂਦਾ ਭੰਨਾ ਉਹ ਜਦੋਂ ਆਊਗਾ ਫਿਰ ਵੇਖੀ ਜਾਊਗਾ ਨਜ਼ਰ ਕੰਮ ਕਰ ਤੂੰ ਇਹ ਉਹ ਚੀਜ਼ਾਂ ਸਾਫ ਕਰ ਆ ਪਹਿਲਾਂ ਪਾਪੜੀ ਮਾਰ ਆ ਮਾਰ ਚੰਗੀ ਤਰ੍ਹਾਂ ਨਾ ਮਾਰੀ ਚੱਲ 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 ਉਹਦਾ ਬੜੀ ਛੇਤੀ ਤੇਲ ਪਵਾਲਿਆ ਸੀਗਾ ਅਰੇ ਅਸੀਂ ਖਾਨਦਾਨੀ ਬੰਦੇ ਆ ਚੱਲ ਚੱਲ ਇਹਦੇ ਵੀ ਲਾਭ ਕਰਨੇ ਆ ਚੱਲ ਚੱਲ ਮੈਂਟ ਮਾਰ बड़ा स्वागत करे गोल सोला मेरी ना पाई मल फड़ा मर मेरे पापा नी कट पप्पा वो गया बैंक च लैन नोट बंदी हुई करके ने पैसे आ मैं मिलदे नी गप नी मारदा भला आपदी भैन नू पुछ ले नी झूठ बोल दे पैसे खून दा कट पप ने पेट्रोल पंप ते बहाया जट पुटना होवे जट पुटना होवे कटिए सुन
ਬੜਾ ਡਿਸਪਲਿਨ ਹੈ ਯਾ ਚੌਰੀ ਆ ਕੇ ਨੱਚੀ ਦਾ ਹੁੰਦਾ ਲੈ ਤੈਨੂੰ ਕੀ ਬਿਮਾਰੀ ਆ ਉਥੋਂ ਡਾਂਸ ਕਰਦੇ ਨੂੰ ਮੈਨੂੰ ਕਿਉਂ ਖਿੱਚ ਕੇ ਲਿਆ ਤੂੰ ਅਰੇ ਬਲੜੀ ਫੁੱਲ ਕੰਮ ਧੰਦਾ ਨਹੀਂ ਹੈ ਕੋਈ ਯਾ ਕੰਮ ਧੰਦਾ ਕਰ ਰਿਹਾ ਸੀ ਸੌਰੀ ਆਇਆ ਵਿਆਹ ਕਰਨ ਤੇ ਕੰਮ ਕਰਨ ਆਇਆ ਹੈ ਡਾਂਸ ਕਰ ਰਿਹਾ ਜਦੋਂ ਖਿੱਚ ਕੇ ਲਿਆ ਆ ਮੈਨੂੰ ਅਰੇ ਜਾ ਮੈਂ ਫੌਜ ਮੇ ਹੁੰਦਾ ਥਾ ਨਾ ਤੋ ਮੇਰੀ ਪਲਟਨ ਮੇ ਤੁਹਾਰੇ ਜੈਸੇ ਅੱਗੇ ਪਿੱਛੇ ਘੁੰਮਤੇ ਥੇ ਬਲੜੀ ਫੂਲ ਅੱਗੇ ਪਿੱਛੇ ਘੁੰਮਦੇ ਸੀ ਵੱਡੇ ਬ੍ਰਿਗੇਡੀਅਰ ਦੇ ਓ ਫੌਜ ਤੂੰ ਭਾਂਡੇ ਮਾਂਜਦਾ ਸੀ ਅਰੇ ਤੁਮੇ ਕਿਸਨੇ ਬਤਾਇਆ ਮੈਨੂੰ ਸ਼ਮਸ਼ੇਰ ਨੇ ਦੱਸਿਆ ਨਈਆਂ ਸਿੰਘ ਵਾਲੇ ਨੇ ਹੁਣ ਇੱਕ ਮੇਰੀ ਗੱਲ ਸੁਣ ਲੈ ਛਾਡੂ ਸਾਹਿਬ ਮੈਂ ਕਰਨਾ ਉੱਥੇ ਨਿਆਗਣ ਡਾਂਸ ਚੁੱਪ ਕਰਕੇ ਇੱਥੇ ਬੈਠਾ ਰਹੀ ਜੇ ਮੈਨੂੰ ਉੱਥੇ ਆ ਜਿਹੜਾ ਤੂੰ ਕਰਦਾ ਫਿਰ ਡਿਚ ਪਲੈਨ ਜੇ ਮੈਨੂੰ ਉੱਥੇ ਆ ਕੇ ਕੀਤਾ ਤੂੰ ਡਿਸਟਰਬ ਸਾਰਿਆਂ ਨੂੰ ਦੱਸ ਦੂੰ ਵੀ ਫੌਜ ਤੂੰ ਭਾਂਡੇ ਮਾਂਜਦਾ ਰਿਹਾ ਚੁੱਪ ਕਰਕੇ ਡਿਚ ਪਲੈਨ ਉੱਥੇ ਬਹਿ ਜਾ ਆ ਗਿਆ ਚੱਕ ਲਿਓ ਜਨਾਬ ਗਲਤੀ ਹੋ ਗਈ ਜਨਾਬ ਗਲਤੀ ਹੋ ਗਈ ਮਹਾਰਾਜ ਮਾਫ਼ ਕਰ ਦਿਓ ਉਹ ਤਾਂ ਅਸੀਂ ਪੰਪ 'ਤੇ ਜੀ ਮੇਰੇ ਭਾਪੇ ਨੂੰ ਗਹਿਣੇ ਰੱਖ ਕੇ ਆਏ ਜੀ ਪੈਸੇ ਦੇ ਕੇ ਛੁਡਾ ਲਿਆ ਮੈਂ ਕਿਹਾ ਜੀ ਗਲਤੀ ਹੋ ਗਈ ਜਨਾਬ ਜੀ ਗਲਤੀ ਹੋ ਗਈ ਜੀ ਓਏ ਅਸੀਂ ਤਾਂ ਇੱਧਰ ਗਸਤ ਆਏ ਹਾਂ ਅਤੇ ਵਿਆਹ ਦਾ ਅਸੀਂ ਦੇਖਿਆ ਹਿਸਾਬ ਕਿਤਾਬ ਕੀ ਬਣਾਇਆ ਇੱਥੇ ਯੇ ਜਨਾਬ ਕੁਛ ਨਹੀਂ ਬਣਿਆ ਅਸੀਂ ਤਾਂ ਆਪ ਤੜਕੇ ਜੇ ਭੁੱਖੇ ਭਾਣੇ ਬੈਠੇ ਆ ਗੱਲ ਕਰੋ ਮੇਰਾ ਭਾਪਾ ਕੜ ਪੱਪਾ ਹੈ ਨਹੀਂਗਾ ਜੇ ਕੜ ਪੱਪਾ ਪਾਪਾ ਹੁੰਦਾ ਤੁਹਾਨੂੰ 36 ਪ੍ਰਕਾਰ ਦੇ ਭੋਜਨ ਖਵਾਉਣੇ ਸੀ ਜੀ ਜਨਾਬ ਸਾਡੇ ਬਹੁਤ ਵਧੀਆ ਕੁੱਕ ਨੇ ਜੀ ਕੀ ਬੋਲਦਾ ਮੇਰਾ ਮਤਲਬ ਜਨਾਬ ਬਹੁਤ ਵਧੀਆ ਹਲਵਾਈ ਨੇ ਜੀ ਕੋਈ ਗੱਲ ਨਹੀਂ ਜਨਾਬ ਜੇ ਗੱਲ ਹੈ ਆਹ ਪਿਆ ਗੰਢੇ ਉਹ ਪਿਆ ਲਸਣ ਨੂਣ ਮਿਰਚ ਮਸਾਲਾ ਸਾਰਾ ਕੁਛ ਪਿਆ ਰੋਹੀ ਰਾਮ ਹਾਂ ਜਨਾਬ ਤੂੰ ਗੰਢੇ ਛਿੱਲ ਗੰਢਾ ਸਿੰਘ ਤੂੰ ਲਸਣ ਛਿੱਲ ਇੱਧਰ ਆਓ ਕਾਕੇ ਲੂਣ ਮਿਰਚ ਮਸਾਲਾ ਲਿਆ ਤੇ ਚੰਗੀ ਤਰ੍ਹਾਂ ਰਗੜ ਲੈ ਜਨਾਬ ਫੇਰ ਤਾਂ ਨਜ਼ਾਰਾ ਆ ਗਿਆ ਗੱਲ ਸੁਣੋ ਤੁਸੀਂ ਸਾਰਾ ਕੁਛ ਬਣਵਾਓ ਮੈਂ ਕਮਰੇ 'ਚ ਬੈਠਾ ਜਦੋਂ ਸਾਰਾ ਕੁਛ ਬਣ ਗਿਆ ਮੈਨੂੰ ਆਵਾਜ਼ ਮਾਰ ਦਿਓ ਮੈਂ ਆ ਕੇ ਲੂਣ ਮਿਰਚ ਚੈੱਕ ਕਰ ਲੂੰਗਾ ਜਨਾਬ ਮੈਂ ਤੁਹਾਨੂੰ ਕੁਰਸੀ ਲਿਆ ਕੇ ਦਿੰਦਾ ਜਨਾਬ ਜਲਦੀ ਲਿਆ ਜਲਦੀ ਆ ਲਓ ਸਰ ਬੈਠੋ ਆ ਤਾਂ ਨਜ਼ਾਰਾ ਆ ਗਿਆ ਅੱਜ ਪੁਲਿਸ ਦੀ ਰੋਟੀ ਖਾ ਮੈਂ ਸੁਣਾਉਣਾ ਤੁਹਾਨੂੰ ਇੱਕ ਗੱਲ ਉਹ ਮੈਂ ਗਿਆ ਡਿਊਟੀ ਤੋਂ ਘਰ ਤੇ ਤੁਹਾਡੀ ਮੇਮ ਸਾਹਿਬ ਨੂੰ ਕਿਹਾ ਕਿ ਮੇਰੇ ਵਾਸਤੇ ਕੁਝ ਬਣਾਓ ਅੱਛਾ ਬਣਾਤਾ ਜਨਾਬ ਬਣਾਉਣਾ ਕੀ ਸੀ ਮੂੰਹ ਬਣਾ ਲਿਆ ਉਹਨੇ ਅੱਛਾ ਜਨਾਬ ਫਿਰ ਮੈਨੂੰ ਆ ਗਿਆ ਗੁੱਸਾ ਅੱਛਾ ਜਨਾਬ ਤੇ ਮੈਂ ਚੱਕ ਲਿਆ ਆਪਣੇ ਸੰਦ ਭਾਂਡੇ ਸੰਦ ਭਾਂਡੇ ਉਹ ਮਤਲਬ ਇਹ ਹੈ ਕਿ ਵੇਲਣਾ ਚੱਕਲਾ ਵੇਲਣਾ ਅੱਛਾ ਜਨਾਬ ਤੇ ਨਾਲ ਗੁੰਨਿਆ ਆਟਾ ਅੱਛਾ ਜਨਾਬ ਹੋਰ ਜਨਾਬ ਫਿਰ ਤਾਂ ਦਾਲ ਸਬਜ਼ੀ ਬੜੀ ਸਵਾਦ ਬਣੀ ਹੋਊ ਓਏ ਦਾਲ ਸਬਜ਼ੀ ਇੰਨੀ ਸਵਾਦ ਸੀ ਕਿ ਮੇਰੇ ਕੋਲ ਲੂਣ ਮਿਰਚ ਵੱਧ ਪੈ ਗਿਆ ਉਹ ਸਾਰੇ ਪਿੰਡ 'ਚ ਵਾਰਦਾਤਾਂ ਹੋਈ ਜਾਂਦੀਆਂ ਨੇ ਤੁਸੀਂ ਇੱਥੇ ਵਿਆਹ 'ਚ ਬੜੇ ਫਿਰਦੇ ਹੋ ਪਿੰਡ 'ਚ ਬਹੁਤ ਵੱਡੀ ਵਾਰਦਾਤ ਹੋ ਗਈ ਆ ਤੁਹਾਡੀ ਇਜਾਜ਼ਤ ਤੋਂ ਬਿਨਾਂ ਇੱਕ ਵੀ ਬੰਦਾ ਪਿੰਡ 'ਚੋਂ ਬਾਹਰ ਨਹੀਂ ਜਾਣਾ ਚਾਹੀਦਾ ਤੇ ਇੱਕ ਵੀ ਬੰਦਾ ਪਿੰਡ 'ਚ ਦਾਖਲ ਨਹੀਂ ਹੋਣਾ ਚਾਹੀਦਾ ਠੀਕ ਹੈ ਇਕੱਲੀ ਇਕੱਲੀ ਖਬਰ ਰੱਖਣੀ ਹੈ ਤੁਸੀਂ ਪਿੰਡ 'ਚ ਜੇ ਕੋਈ ਵੀ ਵਿਹਲਾ ਫਿਰਦਾ ਦੀਂਦਾ ਜਦੇ ਚੱਕ ਲਓ ਠੀਕ ਹੈ ਤੇ ਨਾਲੇ ਜੀਤੇ ਗੱਲ ਸੁਣ ਮੇਰੀ ਬਾਨੂ ਨੂੰ ਲੈ ਕੇ ਇਕੱਲੀ ਇਕੱਲੀ ਗਲੀ 'ਚ ਗੇੜਾ ਮਾਰ ਬਾਨੂ ਨੂੰ ਲੈ ਕੇ ਜਨਾਬ ਬਾਨੂ ਨੂੰ ਲੈ ਕੇ ਨਹੀਂ ਜਾਇਆ ਜਾਣਾ ਤੈਂ ਕਹਾ ਗੋਦੀ ਚੱਕ ਕੇ ਲਿਆਣੀ ਆ ਉਹ ਤੂੰ ਆਪਦਾ ਤੁਰਨਾ ਉਹਨੇ ਆਪਦਾ ਤੁਰਨਾ ਉਹ ਜਨਾਬ ਮੈਂ ਮੰਨਦਾ ਉਹਨੇ ਆਪਦੇ ਪੈਰਾਂ ਤੇ ਚੱਲਣਾ ਮੈਂ ਆਪਦੇ ਪੈਰਾਂ ਤੇ ਚੱਲਣਾ ਪਰ ਗੱਲ ਤਾਂ ਇਹ ਆ ਵੀ ਮੇਰੀ ਉਹਦੇ ਨਾਲ ਬਣਦੀ ਨਹੀਂ ਨਾ ਬਣਦੀ ਨੂੰ ਮੈਂ ਤੁਹਾਡੇ ਫੇਰੇ ਕਰਾਉਣੇ ਨੇ ਆਪਦੀ ਕਮਰ ਵਾਲੀ ਜੀ ਪਾਈ ਰੱਖਦੇ ਨੇ ਡਿਊਟੀ ਨਿਭਾ ਚੁੱਪ ਕਰਕੇ ਆਪਦੀ ਠੀਕ ਹੈ ਜਨਾਬ ਹੁਣ ਜੇ ਤੁਸੀਂ ਹਾਥੀ ਨਾਲ ਤੁਰਨ ਦਾ ਹੁਕਮ ਦੇ ਹੀ ਦਿੱਤਾ ਤੁਰੇ ਚੱਲਦੇ ਆ ਫਿਰ ਮਰਾਤਾ ਸੀ ਮੇਰੇ ਸਾਲੇ ਨੇ ਇਹਦਾ ਮੇਰਾ ਦਿਮਾਗ ਕੰਮ ਕਰ ਗਿਆ ਪਿਸ਼ਾਬ ਕਰਨ ਦੇ ਬਹਾਨੇ ਨਿਕਲ ਆਇਆ ਭਾਣੇ ਨੇ ਕੋਈ ਕਸਰ ਨਹੀਂ ਛੱਡੀ ਭਾਣੇ ਵੀ ਹੈ ਨਹੀਂ ਪਾਪਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਾ ਲੱਗ ਗਿਆ 6 ਮਿੰਟ ਤੱਕ ਕਹਿ ਕੇ ਉੱਥੇ ਮੈਨੂੰ ਫਸਾ ਕੇ ਆ ਗਿਆ ਮੈਨੂੰ ਪਤਾ ਕਿਵੇਂ ਨਿਕਲਿਆ ਚੱਲ ਕੋਈ ਨਹੀਂ ਪਾਪਾ ਚੱਲ ਕੋਈ ਨਹੀਂ ਪਾਪਾ ਭਾਣੇ ਹਾਂ ਤੂੰ ਆ ਕੀ ਕਰਦਾ ਹੋਈ ਲਿਆ ਉਹ ਤਾਂ ਮੈਨੂੰ ਤੇਰਾ ਪਿਆਰ ਜਿਹਾ ਜਾਗ ਪਿਆ ਪਾਪਾ ਊਂ ਤਾਂ ਮੈਨੂੰ ਤੇਰੇ 'ਤੇ ਮਾਣ ਆ ਵੀ ਤੂੰ ਪੰਪ ਵਾਲੇ ਨੂੰ ਫੁੱਦੂ ਬਣਾ ਕੇ ਆ ਜਾਏਗਾ ਪਾਪਾ ਮੈਨੂੰ ਤੇਰੇ 'ਤੇ ਮਾਣ ਹੈ ਅੱਜ ਫਿਰ ਕੀ ਲਾਈ ਫਿਰਦੇ ਓਏ ਉੱਥੇ ਸਾਰਾ ਪੰਪ ਸਾਫ਼ ਕਰਨਾ ਪਿਆ ਮੈਨੂੰ ਡੀਜ਼ਲ ਲੱਗਾ ਚੱਲ ਕੋਈ ਨਹੀਂ ਪਾਪਾ ਇੱਕ ਤਾਂ ਤੇਰੇ ਆਉਣ ਦੀ ਮੈਨੂੰ ਬਾਹਲੀ ਖੁਸ਼ੀ ਚੜ੍ਹੀ ਪਈ ਹੈ ਉੱਧਰੋਂ ਮੈਨੂੰ ਇੱਕ ਗੱਲ ਕਰਕੇ ਗਮੀ ਵੀ ਬਾਹਲੀ ਚੜ੍ਹੀ ਪਈ ਹੈ ਕਿਹੜੀ ਗੱਲ ਇੱਥੇ ਹੁਣ ਪੁਲਿਸ ਵਾਲੇ ਗਏ ਆ ਹੁਣੇ ਕਿਉਂ ਉਹ ਕਹਿੰਦੇ ਸੀ ਨਾ ਤਾਂ ਪਿੰਡ ਵਾਲਾ ਬੰਦਾ ਕੋਈ ਪਿੰਡ 'ਚੋਂ ਬਾਹਰ ਜਾਣ ਦੇਣਾ ਨਾ ਬਾਹਰੋਂ ਕੋਈ ਪਿੰਡ 'ਚ ਵੜਨ ਦੇਣਾ ਪਾਪਾ ਤੂੰ ਵਧੀਆ ਕੀਤਾ ਇੱਥੇ ਆ ਗਿਆ ਮੇਰਾ ਸਾਲਿਆ ਪਹਿਲਾਂ ਕਿਉਂ ਨਹੀਂ ਦੱਸਿਆ
मैं पिंड क्यों नहीं चले गया, इत्थे क्यों आ गया? ना पहले तेरा फाहा बढ़िया सी, तेनू छड़ के भजे सी, मैर के आए स्लो मोशन दे विच राक्षस च बढ़ गया, फिर तेरा पंप ते फाहा बढ़िया उत्थों भी भज के आ गया, नाले कट पापा मेरे ते ढिड दे विच ना कुड़बड़ 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 हो ही जांदी आ, हाए पता नहीं हुण की बणूगा। छड़े हाँ ब्रियाती ऐडा बच्चा कमेर करती भी मेरे पापे ने, ऐडा बच्चा बाहर के मैं कटिया हूँ लींड तुम्हारी करती कट पापे ने। वारदात हो गई वड्डे ग्रोह दा काम आ, उस मगर लगिया वेखो की भाणा वरतदा भाई, तुसी वेखी जाओ नवे आए साहब बहादुर ने वड्डे वड्डे केस सिरे लाए आ। चुप करके हुए थे भैया, जाके हुण मैं डांस करूंगा।
ਕੀ ਕਰੀ ਜਾਂਦੇ ਆਪਾਂ ਨੂੰ ਲੈ ਜਨਾਬ ਹੁਣ ਤਹਿਕੀਕਾਤ ਕਰਨੀ ਪਊ ਸ਼ਾਹ ਬਹਾਦਰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਆਹ ਜਾਨਵਰਾਂ ਦੇ ਮਲ ਮੂਤਰ ਚ ਆਹ ਆਹ ਇਨਸਾਨਾਂ ਦਾ ਮਲ ਮੂਤਰ ਕਿਵੇਂ ਮਿਕਸ ਹੋਇਆ ਪਿਆ ਹੈ ਉਹ ਬਚਾ ਕੇ ਇਹ ਸਬੂਤ ਹੈ ਤੈਨੂੰ ਮੈਂ ਇੱਕ ਗੱਲ ਦੱਸਤੀ ਜਦ ਮੁਜਰਮ ਲੱਭਿਆ ਨਾ ਇਸੇ ਚ ਹੀ ਲੱਭਣਾ ਸ਼ਾਹ ਬਹਾਦਰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਆਹ ਜਾਨਵਰਾਂ ਦੇ ਮਲ ਮੂਤਰ ਚੋਂ ਤੇ ਇਨਸਾਨਾਂ ਦੇ ਮਲ ਮੂਤਰ ਚੋਂ ਮੁਰਜਮ ਕਿਵੇਂ ਲੱਭ ਜੂ ਮੱਝ ਚੋਰੀ ਹੋਈ ਇੱਥੋਂ ਇਨਸਾਨ ਦਾ ਮਲ ਮੂਤਰ ਇੱਥੇ ਅਤੇ ਜਾਨਵਰਾਂ ਦਾ ਮਲ ਮੂਤਰ ਵੀ ਇੱਥੇ ਫਿਰ ਮੁਜਰਮ ਵੀ ਇਸੇ 'ਚੋਂ ਲੱਭਣਾ ਜੀਤੇ ਸਬੂਤ ਫੋਰੈਂਸਿਕ ਲੈਬ ਭੇਜ ਪਾਨੋ ਪਿੰਡ ਵਾਲਿਆਂ ਨੂੰ ਇਕੱਠੇ ਕਰ ਸਾਰਿਆਂ ਦਾ ਮਲ ਮੂਤਰ ਕਰਦੇ ਹਾਂ ਮੈਚ DNA ਤੋਂ ਲੱਗੂ ਪਤਾ ਵੀ ਮੁਜਰਮ ਕੌਣ ਆ ਕੋਈ ਨਹੀਂ ਸ਼ਾਹ ਬਹਾਦਰ ਮੈਂ ਤਾਂ ਸਾਰੇ ਪਿੰਡ ਨੂੰ ਇਕੱਠਾ ਕਰ ਲੈਂਦੀ ਹਾਂ ਹੁਣੇ ਜਨਾਬ ਮੈਂ ਨੂੰ ਆਪਦੇ ਹੱਥਾਂ ਨਾਲ ਚੱਕਾਂ ਜੀ ਲੈ ਹੋਰ ਤੇਰੇ ਹੱਥ ਤੇ ਸ਼ਾਹ ਬਹਾਦਰ ਜੀ ਬਹਿਮੀ ਬਿਰਕ ਸਾਹਿਬ JCB ਮੰਗਾ ਕੇ ਦੇਣ ਚੱਲ ਬੈਠ ਨਾ ਇਹ ਕਿਆ ਡਿਸਪਲਿਨ ਹੁਆ ਲੈਟਰੀਨ ਬਿਠਾਣੇ ਕਾ ਨਾ ਡਿਸਪਲਿਨ ਤੈਨੂੰ ਮੈਂ ਦੱਸਦਾ ਆ ਤੈਨੂੰ ਸਾਹਮਣੇ ਬੈਠੇ ਦੀਦਾ ਨਹੀਂ ਲੈਣਾ ਜਾ ਇਹਨੂੰ ਬਿਠਾਓ 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 ਇਹਨੂੰ ਬਿਠਾਓ ਜਦ ਮੈਂ ਫੌਜ ਮੇ ਹੁੰਦਾ ਥਾ ਨਾ ਕੀ ਹੁੰਦਾ ਸੀ ਤਬ ਵੀ ਅਸੀਂ ਲੈਟਰੀਨ ਬੈਠਦੇ ਥੇ ਨਾ ਕਰੋ ਜਨਾਬ ਮੈਂ ਤਾਂ ਪਿੰਡ ਦਾ ਕੋਈ ਵੀ ਬੰਦਾ ਨੀ ਛੱਡਿਆ ਸਾਰੇ ਪਿੰਡ ਦੇ ਬੰਦਿਆਂ ਤੇ ਮੇਰੀ ਅੱਖ ਹੈ ਆਹੋ ਤੇਰੀ ਤਾਂ ਬੰਦੇ ਤੇ ਹੀ ਅੱਖ ਰਹਿੰਦੀ ਆ ਇਹ ਤੂੰ ਬੈਲਾ ਨਾ ਬਾਲਿਆ ਕਰ ਹਾਂ ਅੱਖ ਰਹਿੰਦੀ ਆ ਬੰਦਿਆਂ ਦੇ ਨਾਲੇ ਕੁਛ ਹੋਰ ਨਾ ਤੇਰੇ ਕੀ ਤਰੂਨੇ ਲੜਦੇ ਆ ਹਰ ਵਕਤ ਇਹ ਬੰਦੇ ਮੇਰੀ ਬੇਇੱਜ਼ਤੀ ਕਰਦੇ ਰਹਿੰਦੇ ਆ ਨਾਲੇ ਨਾ ਸ਼ਾਹ ਬਹਾਦਰ
ਤੁਹਾਡੀ ਪਿੱਠ ਪਿੱਛੇ ਤੁਹਾਡੀਆਂ ਬਹਿਤ ਚੁਗਲੀਆਂ ਕਰਦਾ ਹੈ ਕਹੂਗਾ ਇਹ ਜਿਹੜਾ ਸ਼ਾਹ ਬਹਾਦਰ ਦਾ ਫੁਕਰਿਆ ਇੱਕ ਨੰਬਰ ਦਾ ਘਟਿਆ ਬੰਦਾ ਇੱਕ ਨੰਬਰ ਦਾ ਚਾਵਲ ਬੰਦਾ ਤੁਹਾਡੀ ਬੇਇੱਜ਼ਤੀ ਕਰਦਾ ਸ਼ਾਹ ਬਹਾਦਰ ਇਹ ਐਂ ਬੋਲਦਾ ਮੇਰੇ ਬਾਰੇ ਤੂੰ ਪਤਲੀ ਕਰਾ ਦੂੰ ਪਤਲੀ ਉਹ ਜਨਾਬ ਉਹ ਇਹ ਤਾਂ ਮੇਰੇ ਤੇ ਉਦਾਂ ਹੀ ਲੱਗਦੀ ਆ ਇੱਕ ਦਿਨ ਮੈਨੂੰ ਕਹਿੰਦੀ ਟੱਚ ਸਕਰੀਨ ਫੋਨ ਲੈ ਦੇ ਵਟਸਐਪ ਚਲਾਇਆ ਕਰੂੰਗੀ ਮੈਂ ਲੈ ਕੇ ਨਹੀਂ ਦਿੱਤਾ ਬਸ ਹੁਣ ਲੱਗਦੀ ਰਹਿੰਦੀ ਆ ਮੇਰੇ ਤੇ ਇਹੋ ਜਿਹਾ 20 ਫੋਨ ਪਏ ਆ ਸਾਡੇ ਘਰੇ ਸਾਹਿਬ ਬਹਾਦਰ ਸਾਹਿਬ ਫੋਨ ਤਾਂ ਯਾਦ ਆਇਆ ਤੁਸੀਂ ਆਜ਼ਮ ਖਾਨ ਨੂੰ ਫੋਨ ਕਰ ਦਿਓ ਵੀ ਤੁਹਾਡੀ ਮੱਝ ਦਾ ਚੇਅਰ ਹੁਣ ਲੱਭਣ ਵਾਲਾ ਹੀ ਆ ਮੈਂ ਲਾਉਣਾ ਫੋਨ ਦੇਖ ਲਓ ਜਨਾਬ ਤੁਹਾਡੇ ਨੰਬਰ ਕੱਟ ਕੇ ਆਪਦੇ ਨੰਬਰ ਬਣਾਉਣ ਲੱਗਿਆ ਪਿਆ ਇਹ ਓਏ ਫੋਨ ਮੈਂ ਕਰੂੰਗਾ ਹੈ ਤੁਸੀਂ ਸਾਹਿਬ ਬਹਾਦਰ ਛੋਟਾ ਫਰਜ਼ ਹੈ ਜੀ ਫੋਨ ਕਰਨ ਦਾ ਚੱਲ ਨਾਲੇ ਦੇਖੀਏ ਕੋਈ ਗੱਲ ਨੀ ਲਊ ਬਦਲਾ ਤੇਰੇ ਤੋਂ ਕਰ ਬਦਲਾ ਲਿਆ ਡੰਡਿਆ ਮੇਰੂ ਹਲ ਤੇਰੇ ਵਿੱਚ ਜੇ ਖਾਣਾ ਨਾ ਹੋਵੇ ਤੂੰ ਬੇ ਆ ਰਿਹਾ ਭੱਜ ਜੇ ਮੇਰੇ ਪਿਓ ਦਾ ਸਾਲਾ ਬੈਠ ਬੈਠ ਲ ਬੈਠ ਬੈਠ ਭਾਈ ਦਾ ਕਿੱਧਰ ਸੀ ਬੈਠ ਇੱਥੇ ਬੈਠ ਓਏ ਮੈਨੂੰ ਟੱਟੀ ਕਰਾਉਣ ਵਾਲਾ ਜੰਮਿਆ ਨਹੀਂ ਕੋਈ ਓਏ ਇੱਧਰ ਨੂੰ ਕਰਕੇ ਬਾ ਸਾਹਿਬ ਬਹਾਦਰ ਆ ਰਹੇ ਆ ਇੱਧਰ ਜੇ ਇੰਨੀਆਂ ਮਿੰਨਤਾਂ ਕਰਦੇ ਆ ਤਾਂ ਕਰ ਲੈਣਾ ਓ ਹਾਂ ਬਈ ਕਿਵੇਂ ਵਿਹਲੇ ਜਾ ਖੜੇ ਹੋ ਕਰ ਨਹੀਂ ਰਹੇ ਕਾਰਵਾਈ ਉਹ ਤਾਂ ਜਨਾਬ ਆਪਣਾ ਸਾਨੂੰ ਪਿਓ ਪੁੱਤਾਂ ਨੂੰ ਤਿੰਨਾਂ ਚਾਰਾਂ ਦਿਨਾਂ ਤੋਂ ਕਬਜ਼ੀ ਹੋਈ ਪਈ ਆ ਨਾ ਹਾਜਮਲਾ ਲਿਆ ਕੇ ਦਈਏ ਨਾ ਚਟਾਈਏ ਚੂਰਨ ਫਿਰ ਕਿ ਫੱਕੀ ਲਿਆ ਕੇ ਦਈਏ ਜਦੋਂ ਫੇਰਿਆ ਨਾ ਪੁਲਿਸ ਨੇ ਡੰਡਾ ਪਰਨਾਲੇ ਵਾਂਗੂ ਆਉ ਪਰਨਾਲੇ ਵਾਂਗੂ ਆਏ ਇਹ ਤਾਂ ਗੰਜਾ ਜਾ ਨੂੰ ਫੜ ਗੰਜਾ ਜਾ ਨੂੰ ਬੈਠੋ ਬਹਿ ਜਾਨੇ ਜਨਾਬ ਜ਼ੋਰ ਨਾ ਲਾਈ ਦੇਖੀ ਤੂੰ ਵੀ ਨਾ ਕਰਦੀ ਕਿਤੇ ਕਾਰਵਾਈ ਮੈਂ ਨਹੀਂ ਕਰਦਾ ਜਨਾਬ ਕਰਦੇ ਨਹੀਂ ਇਹ ਮੈਨੂੰ ਲੱਗਦਾ ਜੀਤੇ ਐ ਨਹੀਂ ਮੰਨਣਾ ਇਹਨਾਂ ਨੇ ਪਟਾ ਲਿਆ ਚੱਕ ਕੇ ਨਾ 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 ਜਨਾਬ ਕਰਦੇ ਕੋਸ਼ਿਸ਼ ਕਰਦੇ ਆ ਕੋਸ਼ਿਸ਼ ਕਰਦੇ ਆ ਆ ਗਈ ਜਨਾਬ ਆ ਗਈ ਮੇਰੇ ਸਾਲੇ ਨੇ ਢਾਤੀ ਤੇਰੀ ਸੜੀ ਹੋਣ ਦਾ ਹੋਵੇ ਆ ਗਈ ਜਨਾਬ ਚਲੋ ਚੱਲੀਏ ਮਰਵਾਤ ਆਈ ਓਏ ਆਪਾਂ ਨਹੀਂ ਕਿਸੇ ਕਹਿ ਦੇ ਬਹਿਣਾ ਨਾਲੇ ਐਵੇਂ ਨਾ ਡਰ ਗਈ ਲੈ ਉਸਤਾਦ ਮੈਨੂੰ ਡਰਨ ਦੀ ਕੀ ਲੋੜ ਆ ਤੁਹਾਡੇ ਹੁੰਦਾ ਆਪਾਂ ਨਹੀਂ ਡਰਦੇ ਕਿਸੇ ਤੋਂ ਅੱਛਾ ਤੂੰ ਨਹੀਂ ਡਰਦਾ ਵੱਡਾ ਬਦਮਾਸ਼ ਹੈਂ ਪੰਜਾਬ ਪੁਲਿਸ ਦੇ ਹੱਥ ਨਹੀਂ ਦੇਖੇ ਤੂੰ ਬੈਠ ਬਹਿ ਜਾਂਦੇ ਆ ਜੀ ਹਾਂ ਬਾਈ ਤੂੰ ਨਹੀਂ ਪੈਂਦਾ ਮੈਂ ਕਿਉਂ ਬੈਠਾ ਨਾਲੇ ਮੈਨੂੰ ਨਹੀਂ ਕਿਸੇ ਦੇ ਮੂਹਰੇ ਉਤਰਦੀ ਜਦੋਂ ਫਿਰਿਆ ਨਾ ਪੰਜਾਬ ਪੁਲਿਸ ਨੇ ਪਟਾ ਤੈਨੂੰ ਤਾਂ ਐਂ ਉਤਰੂ ਜਿਵੇਂ ਏਅਰਪੋਰਟ 'ਤੇ ਜਹਾਜ਼ ਉਤਰਦਾ ਹੁੰਦਾ ਬੈਠ ਥੱਲੇ ਬਹਿ ਜਾਂਦੇ ਜੀ ਚੱਲ ਬਾਈ ਕਾਰਵਾਈ ਪੂਰੀ ਕਰਕੇ ਉੱਠਿਓ ਖੁਰਚਣਾ ਫੇਰ ਕੇ ਤਾਂ ਐ ਕਰਦਾ ਜਿਵੇਂ ਖੋਆ ਮਾਰਨਾ ਹੁੰਦਾ ਬੈਠ ਦੇ ਆ ਜਾਓ ਮੁੰਡਿਓ ਲਿਆਓ ਲਿਆਓ ਵੀ ਲਿਆਓ ਆਹ ਲਓ ਜੀ ਕੀਮਤੀ ਸਮਾਨ ਆ ਬੜਾ ਤੁਹਾਨੂੰ ਪਤਾ ਲਓ ਜਨਾਬ ਇਹਨੂੰ ਸੰਭਾਲ ਕੇ ਰੱਖਿਓ ਸਗਾਤ ਨੂੰ ਸਮਾਨ ਨਾਲ ਪਰਚੀਆਂ ਲਾਤੀਆਂ ਹੋ ਲੈ ਤੁਸੀਂ ਪਰਚੀਆਂ ਦੀ ਗੱਲ ਕਰਦੇ ਹਾਂ ਅਸੀਂ ਤਾਂ ਇੱਕ ਇੱਕ ਬੰਦੇ ਦੀ ਅਲੱਗ ਅਲੱਗ ਪੈਕਿੰਗ ਕੀਤੀ ਹੈ ਜੀ ਇਹਦੀ ਸਾਨੂੰ ਰਿਪੋਰਟ ਕਿੰਨੀ ਦੇਰ 'ਚ ਮਿਲ ਜੂਗੀ ਸਰ ਇੱਕ ਮਹੀਨੇ 'ਚ ਮਿਲ ਜੂਗੀ ਤੁਹਾਨੂੰ ਰਿਪੋਰਟ ਹੈ ਜੀ ਇੱਕ ਮਹੀਨੇ 'ਚ ਰਿਪੋਰਟ ਜੀ ਓਏ ਉਦੋਂ ਨੂੰ ਤਾਂ ਸੁੱਕ ਜੂ ਯਾਰ ਇਹ ਸਾਨੂੰ ਸੁੱਕੀ ਹੋਈ ਚਾਹੀਦੀ ਹੈ ਸੁੱਕੀ ਚਾਹੀਦੀ ਆ ਓਏ ਤੈਨੂੰ ਬਰਫੀ ਨਹੀਂ ਦਿੱਤੀ ਜਿਹੜੀ ਤੂੰ ਸੁੱਕੀ ਹੋਈ ਖਾਣੀ ਆ ਓਏ ਸਾਨੂੰ ਛੇਤੀ ਤੋਂ ਛੇਤੀ ਰਿਪੋਰਟ ਦਿਓ ਅਸੀਂ ਮੁਜਰਮ ਫੜਨਾ ਸਰ ਇੱਕ ਮਹੀਨਾ ਤਾਂ ਲੱਗ ਜਾਂਦਾ ਜੀ ਸਾਨੂੰ ਬਰੀਕੀ ਨਾਲ ਜਾਂਚ ਕਰਨੀ ਪੈਂਦੀ ਹੈ ਜੀ ਠੀਕ ਹੈ ਤੁਸੀਂ ਆਪਣਾ ਟਾਈਮ ਲਓ ਇੱਕ ਮਹੀਨਾ ਹੁਣ ਪਿੰਡ 'ਚ ਕਰਫਿਊ ਲੱਗਿਆ ਰਹਿਣਾ ਅਤੇ ਨਾਲੇ ਇੱਕ ਅਸੀਂ ਵਿਆਹ ਦਾ ਘਰ ਵੀ ਰੋਕੀ ਬੈਠੇ ਹਾਂ ਠੀਕ ਆ ਨਾ ਠੀਕ ਹੈ ਜੀ ਚਲੋ ਵੀ ਮੁੰਡਿਓ ਝੋਟੇ ਵਾਲੇ ਘਰੋਂ ਲੱਛੀ
ਨਾਲੇ ਮੇਰੀ ਗੱਲ ਸੁਣ, ਆ ਤੈਨੂੰ ਦਸ ਦਿਨ ਹੋ ਗਏ ਛੇਰੇ ਜੇ ਬੰਨ ਕੇ ਤੁਰੇ ਫਿਰਦੇ ਨੂੰ, ਇਹਨਾਂ ਨੂੰ ਰੱਬ ਦੇ ਵਾਸਤਾ ਲਾ ਦੇ। ਕਰਫਿਊ ਤਾਂ ਹਲੇ ਮਹੀਨਾ ਨਹੀਂ ਖੁੱਲ੍ਹਣ ਗਿਆ। ਮੈਂ ਨਹੀਂ ਲਾਉਂਦਾ ਯਾਰ, ਮੈਂ ਤਾਂ ਸੌਂ ਖਾ ਬੈਠਾ ਵੀ ਜਿੰਨਾ ਚਿਰ ਮੈਂ ਆਹ ਸ਼ੇਰੇ ਨਾਲ ਦੇ ਘਰ ਵਾਲੀ ਨੂੰ ਵਿਆਹ ਕੇ ਲਿਆਉਂਦਾ, ਮੈਂ ਨਹੀਂ ਲਾਉਂਦਾ ਯਾਰ। ਗੱਲ ਸੁਣ ਮੁੰਡਿਆ, ਆਹ ਕਰਫਿਊ ਲੱਗੂ 6 ਮਹੀਨੇ ਪੂਰਾ ਹੈ, ਉਹਨਾਂ ਚਿਰ ਤੂੰ ਸ਼ੇਰੇ ਬੰਨੀ ਰੱਖੇਗਾ, ਆਹ ਖੁਰਚਣਾ ਫੇਰ ਕੇ ਜੇ ਹੋ ਰਿਹਾ। ਤੇਰੀ ਛੋ 36 ਪ੍ਰਕਾਰ ਦੇ ਭੋਜਨ ਬਣਾਉਣੇ ਸੀ, ਗੱਲ ਕਰਨ ਤਾਂ ਕੰਮ ਹੋ ਗਿਆ, ਰਸਤੇ 'ਚ ਰਹਿਣਾ ਪੈ ਗਿਆ, ਘਰੋਂ ਤਾਂ ਤੁਰਿਆ ਸੀ ਸਾਡੇ ਨਾਲ। ਉਹਨੇ ਰਾਜਾ ਨੂੰ ਫੋਨ ਆ ਗਿਆ, ਉਹਨੂੰ ਕਹਿੰਦੇ ਵੀ ਜ਼ਰੂਰੀ ਮੀਟਿੰਗ ਹੈ ਵੀ ਅਸੀਂ ਤੇਰੇ ਨਾਲ ਰਾਏ ਕਰਨੀ ਹੈ ਵੀ ਜਿਹੜਾ ਕਸ਼ਮੀਰ ਹੈ ਪਾਕਿਸਤਾਨ ਨੂੰ ਦੇਈਏ ਕਿ ਨਾ ਦੇਈਏ। ਬਾਹਲਾ ਮਸ਼ਹੂਰ ਬੰਦਾ ਉਹ ਮੀਟਿੰਗ 'ਚ ਫਸ ਗਿਆ, ਜੇ ਕਦੇ ਮੇਰਾ ਭਾਪਾ ਹੁੰਦਾ ਨਾ, ਹੈ 36 ਪ੍ਰਕਾਰ ਦੇ ਭੋਜਨ ਬਣਾਉਣੇ ਸੀ, ਨਾਲੇ ਸਾਰੀ ਦਿਹਾੜੀ ਕਰਦਾ ਫਿਰਦਾ, ਮੇਰੇ ਸਾਲੇ ਨੂੰ ਚਾਹ ਨੀ ਬਣਾਉਣੀ ਆਉਂਦੀ, ਮੈਂ ਤੈਨੂੰ ਬਾਹਲਾ ਵੱਡਾ ਹਲਵਾਈ ਸਮਝੀ ਬੈਠਾ ਸੀ, ਸਮਝ ਨੀ ਆਉਂਦੀ ਹੁਣ ਕੀ ਕਰੀਏ ਯਾਰ, ਮੇਰੇ ਤੇ ਬਾਹਲੀ ਭੁੱਖ ਲੱਗੀ ਪਈ ਹੈ। ਏ ਬਲੜੀ ਫੁੱਲ, ਤੁਮੇ ਕਿਤਨੀ ਬਾਰ ਕਹਾ ਹੈ ਕਿ ਡਿਸਪਲਿਨ ਮੇ ਰਹਾ ਕਰੋ। ਮੇਰਾ ਛਾਲਾ ਜਿੱਧਰ ਜੇ ਨੇ ਡਿਸਪਲਿਨ ਸਾਰੇ ਵਿਆਹ ਦਾ ਛੱਕਿਆ ਨਾਸ ਕਰਿਆ ਪਿਆ ਮੇਰੇ ਛਾਲੇ ਨੇ। ਓਏ ਗੱਲ ਸੁਣ ਓਏ ਮੁੰਡਿਆ, ਤੂੰ ਬੇਇੱਜ਼ਤੀ ਤੇ ਬੇਇੱਜ਼ਤੀ ਕਰਾਈ ਜਾਣਾ, ਮੈਂ ਕਿਹਾ ਖੁਰਚਣਾ ਫੇਰ ਕੇ ਹੈ, ਓਏ ਪਹਿਲਾਂ ਤੇਰੇ ਸਾਡੂ ਨੇ ਤੇਰੀ ਬੇਇੱਜ਼ਤੀ ਕਰੀ ਖੁਰਚਣਾ ਫੇਰ ਕੇ, ਫਿਰ ਤੇਰੀਆਂ ਸਾਲੀਆਂ ਨੇ ਤੇਰੀ ਬੇਇੱਜ਼ਤੀ ਕਰੀ ਖੁਰਚਣਾ ਫੇਰ ਕੇ, ਨਾ ਜੇ ਕਿਤੇ ਤੇਰੀ ਜਗ੍ਹਾ 'ਤੇ ਮੈਂ ਹੁੰਦਾ ਜਾਂ ਤਾਂ ਹੁਣ ਨੂੰ ਮਾਰ ਜਾਂਦਾ ਜਾਂ ਫਿਰ ਮੈਂ ਮਾਰ ਦਿੰਦਾ ਖੁਰਚਣਾ ਫੇਰ ਕੇ। ਇਹ ਬੇਇੱਜ਼ਤੀ ਹੁੰਦੀ ਆ, ਮੈਂ ਤਾਂ ਮੇਰੇ ਛਾਲੇ ਦੀ ਇੱਜ਼ਤ ਸਮਝਦਾ ਰਿਹਾ, ਕੋਈ ਗੱਲ ਨਹੀਂ ਮੇਰਾ ਵੀ ਹੁਣ ਦੇਖੀ ਰੋਬ, ਓ ਮੇਰੇ ਓ ਛਾਲਿਓ ਛੌਰਿਓ ਛਾਲਿਓ ਆ ਜਾ। ਗੱਲ ਸੁਣਿਆ ਵੱਡਿਆ ਪਰਾਉਣਿਆ, 2 ਦਿਨ ਹੋ ਗਏ ਤੇਰੇ ਮੂੰਹ ਕੰਨੀ ਦੇਖਦੇ ਨੂੰ, ਕਦੇ ਤੂੰ ਸਾਡੀ ਕੰਮੋਂ ਪਿੱਛੇ ਜਾਣਾ, ਕਦੇ ਤੂੰ ਵਿਛਣੀ ਪਿੱਛੇ ਜਾਣਾ, ਕਰਾਉਣੀ ਕਿਵੇਂ ਆ ਓਏ। ਓ ਮੈਨੂੰ ਤਾਂ ਹੁਣ ਦੱਸਿਆ ਬੋਦੇ ਨੇ, ਹੈ ਮੈਂ ਤਾਂ ਆਪਦੀ ਮੇਰੇ ਛਾਲੇ ਦੀ ਇੱਜ਼ਤ ਸਮਝੀ ਜਾਂਦਾ ਸੀ ਵੀ ਮੇਰੀ ਇੱਜ਼ਤ ਆ, ਉਹ ਤਾਂ ਮੈਨੂੰ ਹੁਣ ਦੱਸਿਆ ਵੀ ਤੇਰੀ ਬੇਇੱਜ਼ਤੀ ਕਰੀ ਜਾਂਦੇ ਸੀ। ਗੱਲ ਸੁਣ, ਜੇ ਮੇਰੇ ਸ਼ੇਰੇ ਜਿਹੇ ਨਾ ਬੰਨੇ ਤਾਂ ਤੇਰੀ ਮੈਂ ਕਰਦਾ ਛੁਤਰਾਉਲ, ਤੁਹਾਡੀ ਭੈਣ ਨੂੰ ਦਿੱਤਾ ਮੈਂ ਤਲਾਕ 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 ਫੜ ਲਾ ਮੇਰੇ ਸਾਲੇ ਨੂੰ। ਕੀ ਹਾਲ ਹੋ ਮੁਜਰਮ ਨੀ ਨਾ ਫੜਿਆ ਜਾਂਦਾ, ਕੋਈ ਵੀ ਬੰਦਾ ਪਿੰਡ ਚੋਂ ਬਾਹਰ ਨਾ ਜਾ ਸਕਦਾ ਤੇ ਨਾ ਆ ਸਕਦਾ, ਖਾਸ ਖਿਆਲ ਰੱਖਣਾ ਇਹਨਾਂ ਦਾ। ਤੁਸੀਂ ਫਿਕਰ ਨਾ ਕਰੋ ਜਨਾਬ, ਮੇਰੇ ਹੁੰਦਿਆਂ ਤਾਂ ਪਿੰਡ ਚੋਂ ਚਿੜੀ ਨੀ ਬਾਹਰ ਜਾ ਸਕਦੀ, ਇਹ ਤਾਂ ਫਿਰ ਬੰਦੇ ਆ। ਉਹ ਨਾਲੇ ਤੁਹਾਨੂੰ ਨਹੀਂ ਦਿੰਦੀ? ਉਹ ਜਨਾਬ ਤੁਹਾਨੂੰ ਪਤਾ ਹੀ, ਆਪਣੇ ਥਾਣੇ ਦਾ ਇੱਕ ਇੱਕ ਮੁਲਾਜ਼ਮ ਨਾ ਆਪਦੀ ਨੌਕਰੀ ਪੂਰੀ ਤਨਦੇਹੀ ਨਾਲ ਨਿਭਾ ਰਿਹਾ, ਆ ਤੁਹਾਨੂੰ ਵੀ ਪਰਲੀ ਫਿਰਨੀ ਤੇ ਲੱਭਦੀ ਫਿਰਦੀ ਆ ਮੁਲਜ਼ਮ ਨੂੰ। ਓਏ ਚਲੋ ਅੰਦਰ ਆ। ਮੇਰਾ ਮੰਜਾ ਕਿੱਥੇ ਆ? ਮੈਂ ਤਾਂ ਸੌਣਾ ਸੀ, ਮੈਨੂੰ ਤਾਂ ਬਾਹਲੀ ਨੀਂਦ ਆਈ ਜਾਂਦੀ ਆ। ਮੈਂ ਤਾਂ ਕੋਠੇ ਤੇ ਪਾਉਂਗਾ। ਰੈਂਕ ਜਗ੍ਹਾ ਤੇਰਾ ਮੈਂ 1 ਸਕਿੰਟ ਚ ਲਿਹਾ ਦੂੰਗੀ ਮੈਂ। ਹਾਂ ਬਾਲਾ ਚਾਂਬੜਿਆ ਫਿਰਦਾ, ਤੈਨੂੰ ਨੀ ਪਤਾ ਮੇਰੀ ਅਫਸਰਾਂ ਨਾਲ ਕਿੰਨੀ ਬਣੀ ਵੀ ਆ। ਜਾ ਜਾ, ਇਹੀ ਗੱਲਾਂ ਦੀ ਖੱਟੀ ਖਾਨੀ ਆ ਤੂੰ। ਚੁੱਪ ਕਰਕੇ ਨਾ ਬੰਦਿਆਂ ਨੂੰ ਡਿਊਟੀ ਕਰ ਲੈ,
मिनट च बना दू मेरे प्यो दे साले नू मेरा ना बूढ़ खराब करता है। लै पुत लड्डू तू हुंदा जाना हुन सियाणा है मुझ तेरे प्यो वांगू बदमाश ना बन समझदा। हां देख तेरा मासड़ फौजी है भला किन्ने कम करदा किन्ना सियाणा तेरा प्यो तो जमा लंडर है। मेरा छाला ब्याह करता लगता ही नहीं गा आ देख के मैं बैठिया छोग मनाई जाती है जिमे किसी की मौत हो गई हो मैं मर्ग से बैठे होंगे है। बाले बड़े सरदार है उन्होंने आपका हड़म्ब है आपका आशा ट्रैक्टर है लेना को लकड़ का ट्रैक्टर भी है नहीं पछा के धरते मेरे तेरी छो दो दिन हो गए झटके दी केड़ी गल आ भैन दिया प्रौने आ मैनू तो सारे चो बापू ए छोटा साला लगता कम का आ दूजे ते मेरे साले बिजू है दो मुंडे हो प्रौने नू झटका ए बापू बर्च बर्च कर लिया अज कम की गल करी इन्ह ने पहला तो पता नहीं मत नू की होया सी पुत्र
ਲੈ ਤੂੰ ਚੁੱਪ ਕਰਕੇ ਬੈਠ ਮੈਂ ਤੇਰੇ ਵਾਸਤੇ ਰੋਟੀ ਲੈ ਕੇ ਆਉਣੀ ਆ ਡਾ ਤੁਹਾਡੇ ਦੀ ਤਾਂ ਜਵਾਨ ਬਾਲੀ ਪੱਕੀ ਆ ਜਦੋਂ ਇੱਕ ਵਾਰੀ ਕਹਿਤਾ ਫਿਰ ਕਹਿਤਾ ਵੈਰੀ ਰੋਟੀ ਖਾਦਾ ਪੀ ਪਗੇ ਚੱਲ ਚੰਗਾ ਪੁੱਤ ਫਿਰ ਰੋਟੀ ਅਸੀਂ ਕੁੱਤਿਆਂ ਨੂੰ ਪਾ ਦਾਂਗੇ ਬੀਬੀ ਜੀ ਜੇ ਤੂੰ ਬੜਾ ਜ਼ੋਰ ਲਾਉਂਦੀ ਆ ਫਿਰ ਮੈਂ ਇੱਕ ਅੱਧੀ ਰੋਟੀ ਖਾ ਲੈਂਦਾ ਚਰਛੀਆਂ ਹੋਵੇ ਨਾ ਤਾਂ ਕੰਮੋ ਇੱਕ ਗੱਲ ਦੱਸਾਂ ਹਾਂ ਦੱਸ ਮੈਂ ਨਾ ਬੜਾ ਬਚਪਨ ਤੋਂ ਸੁਪਨਾ ਲਈ ਬੈਠਾ ਸੀ ਜੇ ਕਦੇ ਤੇਰੀ ਭੈਣ ਕੰਮੋ ਮਰ ਜੇ ਨਾ ਮੇਰਾ ਤੇਰੇ ਨਾਲ ਵਿਆਹ ਹੋ ਜੇ ਮੇਰਾ ਤਾਂ ਬਚਪਨ ਦਾ ਸੁਪਨਾ ਪੂਰਾ ਹੋ ਜੇ ਜਾਵੇ ਜਾ ਤੇ ਜੇ ਕਿਤੇ ਤੂੰ ਮਰ ਜੇ ਮੈਂ ਤਾਂ ਸਾਰੀ ਜ਼ਿੰਦਗੀ ਆਪਣੀਆਂ ਭੈਣਾਂ ਨਾਲ ਕੱਟ ਲਾਂ ਤੇ ਜੇ ਕਦੇ ਤੂੰ ਮਰ ਜੇ ਮੈਂ ਸਾਰੀ ਜ਼ਿੰਦਗੀ ਤੇਰੀਆਂ ਭੈਣਾਂ ਨਾਲ ਕੱਟ ਲਾਂ ਬੀਬੀ ਤੂੰ ਕੀ ਜਾਣਿਆ ਓ ਸਲੇ ਇੱਥੇ ਮਸ਼ਕਲੀਆਂ ਮਰ ਜੇ ਨਾ ਖੜੋ ਤੁਸੀਂ ਇੱਥੇ ਆਈ ਆਹੀ ਮੂਡ ਬਣਾ ਕੇ ਰੱਖਿਓ ਮੈਂ ਹੁਣੇ ਹੀ ਆਇਆ ਹੁਣ ਤਾਂ ਫੇਰ ਆਪਾਂ ਫਸ ਜਾਂਗੇ ਕੱਟ ਪਾਪਿਆ ਆਪਣਾ ਕੀ ਬਣੂਗਾ ਹੁਣ ਤਾਂ ਛਾਲ ਗਏ ਮਜ਼ਾਕ ਕਰਨ ਜੋਗੇ ਵੀ ਨਹੀਂ ਰਹਿ ਗਏ ਖੇਤਾਂ ਕਰ ਜਦੋਂ ਜ਼ੋਰ ਪਿਆ ਹੋਵੇ ਬੰਦਾ ਥਾਕਦਾ ਨਹੀਂ ਦੇਦਾ ਹੁੰਦਾ ਅੱਜ ਨੂੰ ਬੜੀ ਸ਼ਰਾ ਯੱਬ ਅੱਜ ਮੇਰੇ ਵਿਆਹ ਦਾ ਸੁਪਨਾ ਪੂਰਾ ਹੋਣਾ ਅੱਜ ਹੋਣਾ ਮੁਲਜ਼ਮ ਅਡਜਸਟ ਔਰ ਜਸਟ ਨੀ ਬਲੜੀ ਫੂਲ ਅਰੈਸਟ ਹੋਤਾ ਹੈ ਆਹੋ ਯਾਰ ਉਹੀ ਜੀਜੇ ਪਿੰਡ ਵਾਲਿਓ ਜਿਵੇਂ ਤੁਹਾਨੂੰ ਪਤਾ ਹੈ ਪਿੰਡ 'ਚ ਬਹੁਤ ਸਾਰੀਆਂ ਵਾਰਦਾਤਾਂ ਹੋਈਆਂ ਟਰਾਂਸਫਾਰਮਰ ਚੋਰੀ ਹੋਏ ਮੱਝਾਂ ਚੋਰੀ ਹੋਈਆਂ ਹੋਰ ਵੀ ਕਈ ਤਰ੍ਹਾਂ ਦੀਆਂ ਵਾਰਦਾਤਾਂ ਹੋਈਆਂ ਪੂਰਾ ਇੱਕ ਮਹੀਨਾ ਤੁਹਾਡੇ ਪਿੰਡ 'ਚ ਕਰਫਿਊ ਲੱਗਿਆ ਰਿਹਾ ਜਿਹਦੇ ਕਰਕੇ ਸਾਨੂੰ ਮੁਜਰਮ ਫੜਨ 'ਚ ਵੀ ਬਹੁਤ ਦਿੱਕਤ ਆਈ ਹੈ ਅਤੇ ਅੱਜ ਉਹ ਟਾਈਮ ਆ ਗਿਆ ਵੀ ਅਸੀਂ ਮੁਜਰਮ ਦਾ ਨਾਮ ਤੁਹਾਡੇ ਸਾਹਮਣੇ ਅਨਾਊਂਸ ਕਰਾਂਗੇ ਕਾਸ਼ ਉਸ ਦਿਨ ਮੈਨੂੰ ਜ਼ੋਰ ਨਾ ਪਿਆ ਹੁੰਦਾ ਕਿ ਆਹ 'ਚ ਕੱਟ ਪਾਪਾ ਆਹੀ ਤੇਰੇ ਵਾਲਾ ਜ਼ੋਰ ਉਹਦੇ ਮੈਨੂੰ ਵੀ ਨਾ ਪਿਆ ਹੁੰਦਾ ਆਹ ਛਾਪੇ ਨੂੰ ਤਾਂ ਨਾ ਫਸਦੇ ਹੁਣ ਤਾਂ ਫਸ ਗਏ ਫਸ ਗਏ ਅਤੇ ਉਹ ਨਾਮ ਭਾਨੋ ਹੌਲਦਾਰ ਨਹੀਂ ਤੁਹਾਨੂੰ ਦੱਸੂਗੀ ਪਿੰਡ ਬਾੜਾ ਪਾਓ ਮੰਡੀਆਂ ਦੇ ਲੋਕ ਬਜ਼ੁਰਗ ਭੈਣੋ ਅਤੇ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਥੋਤੋਂ ਪਹਿਲਾਂ ਤਾਂ ਹੱਥ ਬੰਨ ਕੇ ਮਾਫ਼ੀ ਮੰਗਦੀ ਹੈ ਤੁਹਾਨੂੰ ਇੱਕ ਮਹੀਨਾ ਹੋ ਗਿਆ ਭੱਬਲ ਭੂਸੇ 'ਚ ਪਿਆ ਨੂੰ ਉਹ ਕਿਉਂ ਮੈਂ ਸ਼ਾਹ ਬਹਾਦਰ ਨੂੰ ਕਿਹਾ ਸੀ ਵੀ ਕੇਸ ਸੋਲਵ ਹੋ ਜੂਗਾ ਕੇਸ ਤਾਂ ਮੈਂ ਪਹਿਲਾਂ ਹੀ ਸੋਲਵ ਕਰ ਦੇਣਾ ਸੀ ਪਰ ਸਾਡੇ ਬਹਿਮੀ ਬਿਰਕ ਸਾਹਿਬ ਇਹ ਬਹੁਤ ਵਹਿਮ ਕਰਦੇ ਆ ਇਹ ਮੈਨੂੰ ਕਹਿੰਦੇ ਭਾਨੋ ਜਿੰਨਾ ਚਿਰ ਪੂਰੀ ਇਨਵੈਸਟੀਗੇਸ਼ਨ ਨਹੀਂ ਹੁੰਦੀ ਓਨਾ ਚਿਰ ਕਿਸੇ ਵੀ ਪਿੰਡ ਦੇ ਬੰਦੇ ਨੂੰ ਜਾਂ ਬਜ਼ੁਰਗ ਨੂੰ ਤੰਗ ਨਹੀਂ ਕਰਨਾ ਅਸੀਂ ਪੂਰਾ ਜ਼ੋਰ ਲਾਇਆ ਦਿਨ ਭਰ ਰਾਤ ਮਿਹਨਤ ਕੀਤੀ ਅਸੀਂ ਤਾਂ ਸੁੱਤੇ ਸਾਰੀ ਰਾਤ ਗਸ਼ਤ ਕਰਦੇ ਰਹਿੰਦੇ ਤੁਹਾਨੂੰ ਵੀ ਤਕਲੀਫ ਹੋਈ ਹੈ ਵੀ ਇੱਕ ਮਹੀਨਾ ਤੁਸੀਂ ਬਾਹਰ ਅੰਦਰ ਨਹੀਂ ਜਾ ਸਕੇ ਇਸ ਕਰਕੇ ਅਸੀਂ ਹੁਣ ਸਾਰਾ ਮਸਲਾ ਸੋਲਵ ਕਰ ਲਿਆ ਹੈ ਅਸੀਂ ਚੋਰ ਫੜ ਲਿਆ ਹੈ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਰਿਪੋਰਟ ਆ ਗਈ ਨਿਆ ਹਲੇ ਰਿਪੋਰਟ ਨਹੀਂ ਆਈ ਰਿਪੋਰਟ ਆਉਣ ਨੂੰ ਤਾਂ 2-3 ਮਹੀਨੇ ਹੋਰ ਲੱਗ ਜਾਣਗੇ ਕਿਉਂ ਕਿਉਂਕਿ ਸਰਕਾਰੀ ਕੰਮਾਂ 'ਚ ਦੇਰੀ ਹੋ ਜਾਂਦੀ ਹੈ ਪਰ ਭਾਨੋ ਨੇ ਤੁਹਾਡੀ ਆਪਣੀ ਭਾਨੋ ਨੇ ਕੇਸ ਨੂੰ ਹੈਂਡਲ ਕਰਕੇ ਸਾਲਵ ਕਰ ਲਿਆ ਚੋਰ ਨੂੰ ਫੜ ਲਿਆ ਸ਼ਾਬਾਸ਼ ਥੈਂਕ ਯੂ ਜੀ ਸਾਹਿਬ ਬਹਾਦਰ ਤਰੱਕੀ ਬਾਰੇ ਜ਼ਰੂਰ ਕਹਿ ਦਿਓ SSP ਸਾਹਿਬ ਨੂੰ ਹਾਂਜੀ
ਹੁਣ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੀ ਹੈ ਬੰਨ ਟੂ ਹਰੇ ਥੋੜੀ ਜਿਹੀ ਧੜਕਣ ਹੋਰ ਤੜਕਾਓ ਹੋਰ ਤੜਕਾਓ ਥੋੜੀ ਜਿਹੀ ਹੋਰ ਤੜਕਾਓ ਥਰੀ ਮਾਰੀ ਜਾਂਦਾ ਘਬਰਾਉਣ ਵਾਲੀ ਕੋਈ ਗੱਲ ਨੀ ਜਦੋਂ ਤੇਰਾ ਪੱਤ 6 ਰੁਪਏ ਦਰਜਨ ਨਾਲ ਇਸ ਬੰਦੇ ਨੇ ਇਸ ਘਟੀਆ ਇਨਸਾਨ ਨੇ ਕਿਸੇ ਵੀ ਮੋਟਰ ਤੇ ਤਾਰ ਨਹੀਂ ਛੱਡੀ ਫੇਰ ਇਹਨੇ ਕੱਲ ਅਮਜਦ ਖਾਨ ਦੀ ਲਵਲੀ ਚੋਰੀ ਕਰੀ ਲਵਲੀ ਮਤਲਬ ਕੁੱਤੀ ਡੌਗਸ ਸਾਰਾ ਕੁਛ ਮੰਨ ਗਿਆ ਇਹਨੂੰ ਮੈਂ 200 ਸਾਲ ਦੀ ਸਜ਼ਾ ਦਵਾਉ ਮੇਰਾ ਪਿਓ ਦੇ ਮਾਫ ਕਰ ਦਿਓ ਭਾਨੋ ਜੀ ਮੈਨੂੰ ਮਾਫ ਕਰ ਦਿਓ ਅੱਗੇ ਤੋਂ ਮੈਂ ਚੋਰੀ ਨਹੀਂ ਕਰਦਾ ਖੁਰਚਣਾ ਘੁਮਾ ਕੇ ਖੁਰਚਣਾ ਤਾਂ ਤੇਰਾ ਮੈਂ ਘੁਮਾਉਂਗੀ ਚੋਰੀ ਨਹੀਂ ਕਰਦਾ ਮੇਰੇ ਪਿਓ ਦਾ ਸਾਲਾ ਹੈ ਕਰ ਜਾ ਫੋਨ ਆ ਗਿਆ ਇੱਕ ਮਿੰਟ ਹੈਲੋ ਮਿਸ ਭਾਨੋ ਯਾਰ ਜੀ ਜਨਾਬ ਮੇਰੇ ਕੋਲ ਹੀ ਆ ਉਹਨਾਂ ਦਾ ਮੋਬਾਈਲ ਦੀ ਬੈਟਰੀ ਡਾਊਨ ਸੀ ਆ ਲੋ ਕਰ ਲਓ ਗੱਲ ਹੈਲੋ ਹਾਂਜੀ ਠੀਕ ਹੈ ਜੀ ਓਕੇ ਜੀ ਕੀ ਹੋ ਗਿਆ ਸਾਹਿਬ ਅੰਦਰ ਸਾਹਿਬ ਐਸ ਐਸ ਪੀ ਸਾਹਿਬ ਕਹਿੰਦੇ ਆਜ਼ਮ ਖਾਨ ਦੀ ਬੱਕਰੀ ਚੋਰੀ ਹੋ ਗਈ